ਗੱਲਾਂ ਸੱਚੀਆਂ ਬਾਈ ਤੋੜੀਆਂ ਤਾਂ ਲੱਗਣਗੀਆਂ। ਸੱਤ ਸਮੁੰਦਰੋਂ ਪਾਰ ਤੁਸੀਂ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਧੜਾ ਧੜ ਯਾਰ ਆਪਦੀਆਂ ਧੀਆਂ ਭੈਣਾਂ ਨੂੰ ਭੇਜੀ ਜਾਂਦੇ ਆ, ਧੜਾ ਯਾਰ ਤੁਸੀਂ ਕਿਹਦੇ ਆਸਰੇ ਭੇਜੀ ਜਾਂਦੇ ਆ? ਇੱਥੇ ਸ਼ੈਤਾਨ ਭੇੜੀਏ ਬਘਿਆੜਾਂ ਦਾ ਰੂਪ ਧਾਰ ਕੇ ਬੈਠੇ ਆ ਬਾਈ ਜੀ। ਸਾਡਾ ਮੌਕਾ ਮਿਲੇ ਤੇ ਕਦੋਂ ਅਸੀਂ ਇਹਨਾਂ ਦੀਆਂ ਇੱਜ਼ਤਾਂ ਨੂੰ ਤਾੜ ਤਾੜ ਕਰੀਏ। ਮੇਰਾ ਨਹੀਂ ਦਿਲ ਲੱਗਦਾ ਤੇ ਉਹਨੂੰ ਕਹਿ ਦੇ ਬੱਚੇ ਤੂੰ ਇੰਡੀਆ ਆ ਜਾ, ਜੇ ਤੁਸੀਂ ਇੱਜ਼ਤ ਤੁਹਾਨੂੰ ਪਿਆਰੀ ਆ ਤਾਂ ਸਮਝੇ ਨਾ, ਉਦੋਂ ਰਸਤਾ ਹੋਰ ਚੂਜ਼ ਕਰਨ ਨੂੰ ਕਰਦਾ ਹੁੰਦਾ, ਠੀਕ ਆ? ਤੇ ਉਦੋਂ ਨਹੀਂ ਤਾਂ ਬਾਈ ਜੀ ਫਿਰ ਪੀਅਰ ਤਾਂ ਮਿਲ ਹੀ ਜਾਣੀ ਆ। ਮੈਂ ਕਈ ਇੱਥੇ ਕੁੜੀਆਂ ਦੇਖੀਆਂ ਵਿਚਾਰੀਆਂ ਜਿਹੜੀਆਂ ਇੱਥੇ ਫੁੱਟਪਾਥ ਤੇ ਪੰਜਾਬਣਾਂ ਰੋਂਦੀਆਂ ਵੇਖੀਆਂ ਬਾਈ ਜੀ। ਗੋਰੇ ਇਸ ਟਾਈਮ ਬਦਲਾ ਰਹਿ ਲਏ ਆਪਣੇ ਤੋਂ ਬਦਲਾ, ਪਰ ਆਪਾਂ ਨੂੰ ਚੀਜ਼ਾਂ ਦਾ ਪਤਾ ਹੀ ਨਹੀਂ, ਆਪਾਂ ਨੂੰ ਕੋਈ ਪਤਾ ਨਹੀਂ। ਇੱਕ ਰੂਮ ਦੇ ਵਿੱਚ ਪੰਜ ਪੰਜ ਕੁੜੀਆਂ, ਚਾਰ ਚਾਰ ਮੁੰਡੇ ਸ਼ੇਅਰਿੰਗ ਰੂਮ ਦੇ ਵਿੱਚ ਰਹੀ ਜਾਂਦੇ ਯਾਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਉਹ ਜਿਨ੍ਹਾਂ ਨੇ ਵੀ ਕੈਨੇਡਾ ਜਾਂ ਬਾਹਰਲੇ ਮੁਲਕ ਕੋਈ ਵੀ ਆਪਦਾ ਧੀ ਜਾਂ ਪੁੱਤਰ ਭੇਜ ਰਿਹਾ, ਸਭ ਤੋਂ ਪਹਿਲਾਂ ਆਹ ਵੀਡੀਓ ਦੇਖ ਲਏ ਵੀ ਉੱਥੋਂ ਦੇ ਹਾਲਾਤ ਕੀ ਆ ਅਤੇ ਕੀ ਕੁਛ ਹੋ ਰਿਹਾ ਉੱਥੇ ਆਪਣੇ ਪੰਜਾਬੀਆਂ ਦੇ ਨਾਲ। ਅਤੇ ਆਹ ਵੀਰ ਨੇ ਦੱਸਿਆ ਸਾਰਾ ਕੁਛ, ਅਤੇ ਮੇਰੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਵੀ ਬੱਚੇ ਦੀ ਜ਼ਿੰਦਗੀ ਖਰਾਬ ਨਾ ਹੋਏ। ਅਤੇ ਇੰਨੇ ਪੈਸੇ 25-25, 30-30 ਲੱਖ, 40-40 ਲੱਖ ਰੁਪਇਆ ਲਾ ਕੇ ਆਪਾਂ ਜਦੋਂ ਬੱਚੇ ਨੂੰ ਕੈਨੇਡਾ ਭੇਜ ਦਿੰਦੇ ਹਾਂ ਅਤੇ ਬਾਅਦ 'ਚ ਉਹਦੇ ਨਾਲ ਕੀ ਹੁੰਦਾ, ਇਹ ਸਾਰਾ ਕੁਛ ਆ ਵੀਰ ਨੇ ਦੱਸਿਆ। ਅਤੇ ਚਲੋ ਵੀਡੀਓ ਦੇਖਦੇ ਹਾਂ, ਵੀਡੀਓ ਦੇਖਣ ਤੋਂ ਬਾਅਦ ਕਰਦੇ ਹਾਂ ਗੱਲਬਾਤ। ਅਤੇ ਵੀਰੋ ਪੰਜਾਬੀ ਹੋਣ ਦੇ ਨਾਤੇ ਤਾਂ ਆਪਾਂ ਆਪਦਾ ਫਰਜ਼ ਨਿਭਾਈਏ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ ਜਿਹੜੇ ਵੀ ਆਪਦੇ ਬੱਚੇ ਨੂੰ ਕੈਨੇਡਾ ਭੇਜ ਰਹੇ ਆ ਅਤੇ ਉਹ ਅਵੇਅਰ ਹੋ ਸਕਣ ਇਹਦੇ ਤੋਂ। ਅਤੇ ਚਲੋ ਵੀਡੀਓ ਸਟਾਰਟ ਕਰਦੇ ਹਾਂ। ਗੱਲਾਂ ਸੱਚੀਆਂ ਬਾਈ ਕੌੜੀਆਂ ਤਾਂ ਲੱਗਣਗੀਆਂ, ਪਰ ਸੁਣ ਲਿਓ ਜੇ ਦਿਲ 'ਤੇ ਪੱਥਰ ਰੱਖ। ਬਹੁਤ ਜ਼ਰੂਰੀ ਗੱਲਾਂ, ਵੀਡੀਓ ਐਂਡ ਤੱਕ ਦੇਖ ਲਿਓ ਜੇ। ਬਾਈ ਜੀ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ ਪਿੰਡੋਂ ਪਿੰਡ ਦੇ ਵਿੱਚ ਆਂਢ ਗਵਾਂਢ ਕਿਸੇ ਦੇ ਘਰ ਭੇਜਣ ਤੋਂ ਵੀ ਤੁਸੀਂ ਨਾ ਮਤਲਬ ਕੰਨੀ ਕਤਰਾਉਂਦੇ ਆ ਵੀ ਕਿਸੇ ਨੂੰ ਨਾਲ ਭੇਜੀਏ। ਸੱਤ ਸਮੁੰਦਰੋਂ ਪਾਰ ਤੁਸੀਂ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਧੜਾ ਧੜ ਯਾਰ ਆਪਦੀਆਂ ਧੀਆਂ ਭੈਣਾਂ ਨੂੰ ਭੇਜੀ ਜਾਂਦੇ ਆ, ਧੜਾ ਧੜ ਭੇਜੀ ਜਾਂਦੇ ਆ, ਖਾਸ ਕਰਕੇ ਪੰਜਾਬ ਦੇ ਵਿੱਚੋਂ। ਯਾਰ ਤੁਸੀਂ ਕਿਹਦੇ ਆਸਰੇ ਭੇਜੀ ਜਾਂਦੇ ਆ, ਹਨਾ ਕਿਹਦੇ ਆਸਰੇ? ਇੱਥੇ ਤੁਹਾਡਾ ਕੌਣ ਬੈਠਾ ਬਾਈ ਜੀ? ਇੱਥੇ ਇਹ ਨਾ ਸੋਚ ਲਓ ਵੀ ਹਾਂ ਸਾਡੇ ਚਾਚੇ ਤਾਏ ਜਾਂ ਕੋਈ ਦੂਰ ਦਾ ਰਿਸ਼ਤੇਦਾਰ ਆ ਬਾਈ ਜੀ, ਇਹ ਦੋਵਾਂ ਤਿੰਨਾਂ ਦਿਨਾਂ ਤੋਂ ਵੱਧ ਕੋਈ ਇੱਥੇ ਰੱਖਦਾ ਨਹੀਂ। ਬਹੁਤ ਬਾਈ ਜੀ ਹਾਲਾਤ ਮਾੜੇ ਆ ਇੱਥੇ, ਸ਼ੈਤਾਨ ਭੇੜੀਏ ਬਘਿਆੜਾਂ ਦਾ ਰੂਪ ਧਾਰ ਕੇ ਬੈਠੇ ਆ ਬਾਈ ਜੀ। ਗੱਲਾਂ ਸੁਣਨ ਵਾਲੀਆਂ ਸ਼ਹਿ ਲਾਈ ਬੈਠੇ ਆ ਕਿ ਕਦੋਂ ਸਾਡਾ ਮੌਕਾ ਮਿਲੇ ਅਤੇ ਕਦੋਂ ਅਸੀਂ ਇਹਨਾਂ ਦੀਆਂ ਇੱਜ਼ਤਾਂ ਨੂੰ ਤਾੜ ਤਾੜ ਕਰੀਏ। ਆਪਾਂ ਕੀ ਕਰਦੇ ਹਾਂ, ਆਪਾਂ ਪੰਜਾਬ ਦੇ ਵਿੱਚੋਂ ਚਲੋ ਦਿੱਲੀ ਏਅਰਪੋਰਟ 'ਤੇ ਚੜ੍ਹਾ ਗਏ ਕੁੜੀ ਆਪਦੀ ਅਤੇ 25-30 ਲੱਖ ਰੁਪਇਆ ਲਾ ਕੇ ਆਪਾਂ ਫਾਰਗ ਹੋ ਜਾਂਦੇ ਹਾਂ ਕਿ ਸਾਡੀ ਟੈਨਸ਼ਨ ਜਮ੍ਹਾਂ ਫ੍ਰੀ ਹੋ ਗਈ, ਅਸੀਂ ਜਾ ਕੇ ਘਰੇ ਲੱਡੂ ਵੰਡਦੇ ਨੇ, ਅਸੀਂ ਕੈਨੇਡਾ ਵਾਲੇ ਬਣ ਗਏ। ਬਾਈ ਜੀ ਤੁਹਾਨੂੰ ਤਾਂ ਇਹ ਗੱਲ ਦਾ ਹਜੇ ਪਤਾ ਹੀ ਨਹੀਂ, ਤੁਹਾਡੀ ਤਾਂ ਸ਼ੁਰੂਆਤ ਹੁਣ ਹੋਈ ਆ।
ਤੁਸੀਂ ਤਾਂ ਹਜੇ ਪੌੜੀ ਦਾ ਪਹਿਲੇ ਡੰਡੇ ਤੇ ਚੜੇ ਆ, ਤੁਸੀਂ ਫ੍ਰੀ ਨਹੀਂ ਹੋਏ, ਫਰਕ ਨਹੀਂ ਹੋਏ। ਤੁਹਾਨੂੰ ਹਜੇ ਪਤਾ ਹੀ ਨਹੀਂ ਤੁਹਾਡੀ ਧੀ ਨੇ ਤੁਹਾਡੀ ਭੈਣ ਨੇ ਕਿੰਨੇ ਸਟਰਗਲ ਦੇ ਵਿੱਚੋਂ ਨਿਕਲਣਾ। ਹਜੇ ਤਾਂ ਸ਼ੁਰੂਆਤਾਂ। ਜਿਵੇਂ ਮੈਂ ਕਹਿੰਦਾ ਹੁੰਦਾ ਕਿ 25 ਲੱਖ ਲਾ ਕੇ ਜੇ ਤੁਸੀਂ ਉਹਦਾ ਬੱਚਾ ਭੇਜਿਆ ਤੇ 25 ਤੋਂ 50 ਲੱਖ ਪਿੱਛੇ ਹੋਰ ਤਿਆਰ ਰੱਖੋ। ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਇੱਜ਼ਤਦਾਰ ਬੰਦੇ ਆ, ਸਾਡੀ ਇੱਜ਼ਤ ਕਾਇਮ ਰਹੇ, ਹੈ ਨਾ। ਦੂਜੀ ਗੱਲ, ਜਦੋਂ ਤੁਹਾਡਾ ਬੱਚਾ ਤੁਹਾਨੂੰ ਫੋਨ ਲਾਉਂਦਾ ਕਨੇਡਾ ਵਿੱਚ ਆ ਕੇ, ਉਹਨੂੰ ਪਤਾ ਇੱਥੇ ਜਾ ਕੇ ਲੱਗ ਹੀ ਜਾਂਦਾ ਕਿ ਮੈਂ ਗਲਤੀ ਕਰ ਲਈ, ਮੈਂ ਬਹੁਤ ਵੱਡਾ ਗਲਤ ਸਟੈਪ ਚੱਕ ਲਿਆ। ਇੱਥੇ ਆ ਕੇ ਬੱਚਾ ਤੁਹਾਨੂੰ ਫੋਨ ਲਾਉਂਦਾ ਮੰਮੀ ਨੂੰ ਜਾਂ ਡੈਡੀ ਨੂੰ, ਹੈ ਨਾ, ਕਿਸੇ ਨੂੰ ਵੀ ਘਰ ਦੇ ਮੈਂਬਰ ਨੂੰ ਬੱਚਾ ਫੋਨ ਲਾ ਕੇ ਜਦੋਂ ਰੋਂਦਾ ਜਾਂ ਵੈਸੇ ਹੀ ਕਹਿ ਦਿੰਦਾ ਕਿ ਮੇਰਾ ਇੱਥੇ ਦਿਲ ਨਹੀਂ ਲੱਗਦਾ, ਤਾਂ ਉਹਦੀ ਗੱਲ ਗੌਰ ਨਾਲ ਸੁਣਿਓ। ਜੇ ਉਹ ਕੋਈ ਹੋਦੋ ਨਾ ਕੋਈ ਸਟੈਪ ਚੱਕਣਾ ਚਾਹੁੰਦਾ ਹੁੰਦਾ, ਉਹ ਇੱਕ ਵਾਰੀ ਕਹਿੰਦਾ ਹੁੰਦਾ ਕਿ ਮੈਂ ਘਰਦਿਆਂ ਤੋਂ ਇੱਕ ਵਾਰੀ ਪੁੱਛ ਲਾਂ ਘਰਦੇ ਕੀ ਕਹਿੰਦੇ ਆ। ਸਟੈਪ ਦਾ ਮਤਲਬ ਤੁਹਾਨੂੰ ਦੱਸੂੰਗਾ। ਜਦੋਂ ਫੋਨ ਲਾਉਂਦਾ, ਹੈ ਨਾ, ਤੁਸੀਂ ਉਹਨੂੰ ਉਹਦੀ ਗੱਲ ਸੁਣੋ। ਜੇ ਉਹ ਪੈਸੇ ਮੰਗਦਾ ਤਾਂ ਹੋ ਸਕਦਾ ਉਹਨੂੰ ਪੈਸੇ ਭੇਜੋ, ਜੇ ਤੂੰ ਪੈਸੇ ਨਹੀਂ ਤੁਸੀਂ ਭੇਜ ਸਕਦੇ, ਜੋ ਕਹਿੰਦਾ ਵੀ ਮੇਰਾ ਨਹੀਂ ਦਿਲ ਲੱਗਦਾ, ਤਾਂ ਉਹਨੂੰ ਕਹਿ ਦੇ ਬੱਚੇ ਤੂੰ ਇੰਡੀਆ ਆ ਜਾ, ਜੇ ਤੁਸੀਂ ਅੱਜ ਤੁਹਾਨੂੰ ਪਿਆਰੀ ਆ ਤਾਂ, ਸਮਝੇ ਨਾ। ਉਦੋਂ ਰਸਤਾ ਹੋਰ ਚੂਜ਼ ਕਰਨ ਨੂੰ ਫਿਰਦਾ ਹੁੰਦਾ, ਠੀਕ ਆ। ਅਤੇ ਉਦੋਂ ਨਹੀਂ ਤਾਂ ਬਾਈ ਜੀ ਫਿਰ ਪੀਅਰ ਤਾਂ ਮਿਲ ਹੀ ਜਾਣੀ ਆ, ਠੀਕ ਆ। ਜੇ ਤੁਹਾਨੂੰ ਇੱਜ਼ਤ ਪਿਆਰੀ ਆ ਤਾਂ ਬੱਚੇ ਨੂੰ ਵਾਪਸ ਸੱਦ ਲਓ, ਨਹੀਂ ਪੀਅਰ ਤਾਂ ਬਾਈ ਜੀ ਫਿਰ ਤੁਹਾਨੂੰ ਮਿਲ ਹੀ ਜਾਣੀ ਆ। ਉਹ ਤਾਂ ਤੁਹਾਨੂੰ ਪਤਾ ਹੀ ਆ ਕਿਹੜੇ ਤਰੀਕੇ ਨਾਲ, ਠੀਕ ਆ ਬਾਈ। ਗੱਲਾਂ ਕੌੜੀਆਂ ਅਤੇ ਕਈ ਮੈਨੂੰ ਪੁੱਠਾ ਸਿੱਧਾ ਹੀ ਬੋਲਣਗੇ, ਪਰ ਸੱਚ ਬਾਈ ਸੱਚ ਹੀ ਆ। ਅਤੇ ਆਪਾਂ ਕੀ ਕਰਦੇ ਹਾਂ, ਹਜੇ ਬੱਚੇ ਨੂੰ 15-20 ਦਿਨ ਗਏ ਹੁੰਦੇ ਆ ਇੱਥੇ ਆਏ ਨੂੰ, ਜਾਂ ਮਹੀਨਾ ਹੋਇਆ ਹੁੰਦਾ, ਹੈ ਨਾ, ਪਿੱਛੇ ਫੋਨ ਲਾ ਦਿੰਦੇ, ਹਾਂ ਪੁੱਤ ਭੇਜ ਪੈਸੇ, ਭੇਜ ਪੈਸੇ। ਇੱਥੇ ਕੋਈ ਮਸ਼ੀਨਾਂ ਚੱਲਦੀਆਂ ਨੇ ਡਾਲਰ ਛਾਪ ਦੀਆਂ? ਇੱਥੇ ਕਿਹੜਾ ਕੋਈ ਦਰਖਤਾਂ ਨੂੰ ਲੱਗਦੇ ਆ? ਬੱਚੇ ਨੇ ਆਉਂਦਿਆਂ ਸਰ ਬਈ ਘਰ ਲੈਣਾ, ਹੈ ਨਾ, ਰੈਂਟ ਰੈਂਟ ਦੇਣਾ, ਉਹਨੇ ਗਰੋਸਰੀ ਦੇ ਖਰਚੇ, ਅਤੇ ਆਪਣਾ ਫੀਸ ਤਾਰਨੀ ਹੁੰਦੀ ਆ, ਬੱਸਾਂ ਦਾ ਪ੍ਰੈਸਟੋ, ਬੱਸਾਂ ਦੇ ਖਰਚੇ, 100 ਬਈ ਹੋਰ ਲੱਲੜ ਪੱਲੜ ਫੋਨਾਂ ਦੇ ਖਰਚੇ, ਹੈ ਨਾ, ਅਤੇ ਕੰਮ ਇੱਥੇ ਮਿਲਦਾ ਨਹੀਂ ਹੁੰਦਾ। ਮੈਂ ਕਈ ਇੱਥੇ ਕੁੜੀਆਂ ਦੇਖੀਆਂ ਵਿਚਾਰੀਆਂ ਜਿਹੜੀਆਂ ਇੱਥੇ ਫੁੱਟਪਾਥ 'ਤੇ ਪੰਜਾਬਣਾਂ ਰੋਂਦੀਆਂ ਵੇਖੀਆਂ ਬਾਈ ਜੀ। ਗੋਰੇ ਇਸ ਟਾਈਮ ਬਦਲਾ ਰਹਿ ਲਏ ਆਪਣੇ ਤੋਂ ਬਦਲਾ, ਪਰ ਆਪਾਂ ਨੂੰ ਚੀਜ਼ਾਂ ਦਾ ਪਤਾ ਹੀ ਨਹੀਂ, ਆਪਾਂ ਨੂੰ ਕੋਈ ਪਤਾ ਨਹੀਂ। ਇੱਕ ਰੂਮ ਦੇ ਵਿੱਚ 5-5 ਕੁੜੀਆਂ, 4-4 ਮੁੰਡੇ ਸ਼ੇਅਰਿੰਗ ਰੂਮ ਦੇ ਵਿੱਚ ਰਹੀ ਜਾਂਦੇ ਯਾਰ, ਜਮਾਂ ਹੀ ਮੈਂ ਨਾ ਬੇੜਾ ਗਰਕ ਹੋ ਚੁੱਕਿਆ ਇਸ ਟਾਈਮ। ਆਪਾਂ ਯਾਰ ਪਤਾ ਹੀ ਨਹੀਂ ਕਿਹਦੇ ਆਸਰੇ ਚੱਕ ਕੇ ਜਿਹੜੀਆਂ ਆਪਦੀਆਂ ਫੁੱਲਾਂ ਵਰਗੀਆਂ ਧੀਆਂ ਭੇਜੀ ਜਾਂਦੇ ਹਾਂ ਯਾਰ, ਸਿਸਟਮ ਸਾਰਾ ਗਲਤ ਹੈ ਯਾਰ। ਕਈ ਕੁੜੀਆਂ ਵਿਚਾਰੀਆਂ ਮੁੜ ਜਾਂਦੀਆਂ, ਕਈ ਫਿਰ ਦਲਦਲ 'ਚ ਵੜ ਜਾਂਦੀਆਂ। ਮੈਂ ਕਹਿਣਾ ਨਹੀਂ ਚਾਹੁੰਦਾ, ਹੈ ਨਾ, ਤੁਸੀਂ ਆਪ ਹੀ ਸਮਝ ਲਓ, ਜੋ ਮਤਲਬ ਸਮਝਦਾਰ ਬੰਦੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ। ਜਿਵੇਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਨਾ, ਵੀ ਇੱਕ ਜਿਹੜਾ ਗੰਦਾ ਸੇਬ ਹੋਵੇ ਉਹ ਚੰਗੇ ਸੇਬਾਂ ਦਾ ਜਿਹੜਾ ਟੋਕਰਾ ਹੁੰਦਾ ਉਹਨੂੰ ਵੀ ਖਰਾਬ ਕਰ ਦਿੰਦਾ। ਆਪਾਂ ਬਾਈ ਜੀ ਨਾ, ਇਹ ਬਹੁਤ ਵੱਡਾ ਜਿਹੜਾ ਗੰਦਾ ਕੰਮ ਆ ਜਿਹੜਾ ਆਪਾਂ ਹੁਣ ਚੱਕ ਲਿਆ, ਸ਼ੁਰੂ ਕਰ ਲਿਆ ਯਾਰ, ਲੋਕਾਂ ਦੇ ਮਗਰ ਲੱਗ ਲੱਗ ਕੇ, ਵੀ ਗੁਆਂਢੀਆਂ ਦਾ ਵੀ ਧੀ ਪੁੱਤ ਗਿਆ, ਅਸੀਂ ਵੀ ਭੇਜ ਦਈਏ, ਸਾਡੇ ਬੱਚਿਆਂ ਦਾ ਫਿਊਚਰ ਬਣ ਜੂਗਾ ਯਾਰ। ਇੱਥੇ ਆ ਕੇ ਤਾਂ ਬਈ ਜਮਾਂ ਜੱਖਣਾ ਨਿਕਲੀ ਪਈ ਆ, ਸੱਚੀ ਗੱਲ ਆ ਬਈ। ਜਿਹੜੇ ਆਪਣੇ ਇੱਥੋਂ ਦੇ ਹਾਲਾਤ ਵੇਖੇ ਆ, ਖਾਸ ਕਰਕੇ ਕੁੜੀਆਂ ਦੇ, ਸਾਰੀਆਂ ਨਹੀਂ ਕੁੜੀਆਂ ਪਰ ਬਹੁਤ ਜ਼ਿਆਦਾ, ਇੱਥੇ ਬਾਈ ਜੀ ਸਿਸਟਮ ਖਰਾਬ ਹੈ, ਕੰਮ ਮਿਲਦਾ ਨਹੀਂ ਬਾਈ ਜੀ, ਹੈ ਨਾ। ਫਿਰ ਅਗਲਾ ਕਹਿੰਦਾ ਬੱਚਾ ਵੀ ਪਿੱਛੇ, ਹੁਣ ਮੈਂ ਕਿਹੜੇ ਮੂੰਹ ਨਾਲ ਮੁੜਾਂ ਯਾਰ।
ਸਮਝੇ ਨਾ ਮੇਰੀ ਗੱਲ। ਉਹੀ ਕਹਿੰਦਾ ਹੁੰਦਾ ਕਿ ਜੇ ਤੁਹਾਡੇ ਬਾਈ ਜੀ ਤੁਸੀਂ ਆਪਦੇ ਬੱਚੇ ਨੂੰ ਖਾਸ ਕਰਕੇ ਆਪਦੀ ਧੀ ਭੈਣ ਨੂੰ ਭੇਜ ਰਹੇ ਆ ਤਾਂ ਜਿੰਨੇ ਪੈਸੇ ਲਾਏ ਆ ਬਾਈ ਜੀ ਉਦੋਂ ਦੁੱਗਣੇ ਪਿੱਛੇ ਤਿਆਰ ਰੱਖੋ ਜੇ ਤੁਸੀਂ ਚਾਹੁੰਦੇ ਆ ਕਿ ਸਾਡੀ ਇੱਜ਼ਤ ਬਚੀ ਰਹੇ। ਨਹੀਂ ਪੀਅਰ ਤਾਂ ਫਿਰ ਮੈਲੀ ਜਾਣੀ ਆ ਬਾਈ ਜੀ, ਪੀਅਰ ਪਿਆਰੀ ਆ ਕਿ ਤੁਹਾਨੂੰ ਇੱਜ਼ਤ ਪਿਆਰੀ ਆ ਇਹ ਦੇਖ ਲਿਓ ਜੀ। ਬਾਕੀ ਠੀਕ ਆ, ਬੱਚੀਆਂ ਭੇਜੋ ਭੇਜ ਲਓ ਬਾਈ ਜੀ, ਪਰ ਮੈਂ ਇੱਕ ਗੱਲ ਕਹਿੰਦਾ ਕਿ ਜਿੰਨਾ ਵੀ ਹੋ ਸਕਦਾ ਯਾਰ ਆਪਦੀ ਧੀ ਭੈਣ ਨੂੰ ਵਿਆਹ ਕੇ ਭੇਜੋ, ਉਹਦਾ ਵਿਆਹ ਕਰਕੇ ਭੇਜੋ ਜਾਂ ਕਿ ਤਾਂ ਜੋ ਤੁਹਾਡੀ ਟੈਨਸ਼ਨ ਤੁਹਾਡੀ ਲੈ ਜਾਵੇ ਬਾਈ ਜੀ, ਵੀ ਹਾਂ ਵੀ ਆਪੇ ਉਹਦਾ ਘਰ ਵਾਲਾ ਹੈਗਾ ਨਾਲ ਸਾਂਭੂਗਾ। ਜ਼ਰੂਰੀ ਗੱਲਾਂ ਬਾਈ ਜੀ ਬਹੁਤ। ਬਾਕੀ ਹੁਣ ਤੁਹਾਨੂੰ ਪਤਾ ਹੀ ਆ ਕਿ ਕਮੈਂਟਾਂ 'ਚ ਲੋਕਾਂ ਨੇ ਪੁੱਠਾ ਸਿੱਧਾ ਤਾਂ ਬੋਲੀ ਜਾਣਾ, ਗਾਲਾਂ ਵੀ ਕੱਢੀ ਜਾਣੀਆਂ ਵੀ ਹਾਂ ਤੂੰ ਕਾਹਦੋਂ ਇੱਥੇ ਬੈਠਾ ਜੇ ਵੋ। ਅਸੀਂ ਬਾਈ ਜੋ ਗਰਾਊਂਡ ਲੈਵਲ ਦੇ ਵਿੱਚ ਮੈਂ ਵੇਖਦਾ ਹੁੰਦਾ ਹੈ ਨਾ, ਅਤੇ ਮੈਂ ਉਹੀ ਦੱਸਦਾ ਬਾਈ ਜੋ ਇੱਥੇ ਹਾਲਾਤ ਆ, ਹਾਲਾਤ ਬਹੁਤ ਮਾੜੇ ਆ ਇੱਥੋਂ ਦੇ, ਬਹੁਤ ਜ਼ਿਆਦਾ, ਥੋੜ੍ਹੇ ਨਹੀਂ ਬਹੁਤ ਜ਼ਿਆਦਾ ਹਾਲਾਤ ਮਾੜੇ ਇਸ ਟਾਈਮ ਬਾਈ ਜੀ, ਕੰਮ ਨਹੀਂ ਕਾਰ ਨਹੀਂ ਬੁਰੇ ਹਾਲ ਆ। ਅਤੇ ਆਪਦਾ ਬਾਈ ਜੀ ਜਿੰਨਾ ਵੀ ਹੋ ਸਕਦਾ ਇਹ ਗੱਲ 'ਤੇ ਗੌਰ ਕਰਿਓ ਜੇ, ਨਾ ਕਿ ਕਿੰਤੂ ਪਰੰਤੂ ਕਰਿਓ ਜੇ। ਕਈ ਤਾਂ ਲੋਕ ਕਮੈਂਟ ਹੀ ਪੁੱਠੇ ਕਰਨ ਲੱਗ ਜਾਂਦੇ ਹੈ ਨਾ, ਗੱਲ ਸੁਣਨ ਵਾਲੀ ਸੁਣਨੀ ਨਹੀਂ, ਹੋਰ ਹੀ ਬਸ ਉਹਨਾਂ ਨੇ ਘੋੜਾ ਦੱਬ ਦੇਣਾ। ਅਤੇ ਠੀਕ ਆ ਬਾਈ ਜੀ, ਹੋ ਸਕਿਆ ਸ਼ੇਅਰ ਜ਼ਰੂਰ ਕਰਨਾ ਅਤੇ ਗੱਲਾਂ 'ਤੇ ਬਾਈ ਜੀ ਗੌਰ ਜ਼ਰੂਰ ਕਰਨਾ।